ਜਦੋਂ ਮੈਂ ਕਸਰਤ ਕਰਦੀ ਹਾਂ ਤਾਂ ਮੈਨੂੰ ਵੰਡਰ ਵੁਮਨ ਵਾਂਗ ਮਹਿਸੂਸ ਹੁੰਦਾ ਹੈ, ਜਿਵੇਂ ਮੈਂ ਦੁਨੀਆ ਜਿੱਤ ਲਈ ਹੋਵੇ। ਇਹ ਤੁਹਾਡੇ ਵਿੱਚ ਜਾਨ ਭਰ ਦਿੰਦਾ ਹੈ। ਮੈਂ ਛੋਟੀ ਜਿਹੀ ਹਾਂ ਪਰ ਇਸ ਕਰਕੇ ਮੈਨੂੰ ਆਪਣੇ ਆਪ ਵਿੱਚ ਬਹੁਤ ਵੱਡਾ ਮਹਿਸੂਸ ਹੁੰਦਾ ਹੈ, ਜਿਵੇਂ ਮੇਰੇ ਅੰਦਰ ਦਾ ਰਾਖਸ਼ ਬਾਹਰ ਆ ਜਾਂਦਾ ਹੋਵੇ। ਮੈਂ ਗੁਰਪ੍ਰੀਤ ਕੌਰ ਹਾਂ। ਮੈਂ 23 ਸਾਲ ਦੀ ਹਾਂ ਅਤੇ ਕੋਵੈਂਟਰੀ ਵਿੱਚ ਰਹਿੰਦੀ ਹਾਂ। ਮੈਂ ਬੋਡੀ ਵੇਟ ਟ੍ਰੇਨਿੰਗ ਕਰਦੀ ਹਾਂ ਅਤੇ ਮੈਂ ਸਿੱਖ ਹਾਂ। ਭਾਰਤੀ ਭਾਈਚਾਰੇ ਵਿੱਚ ਇੱਕ ਸਿੱਖ ਔਰਤ ਦਾ ਇਸ ਤਰ੍ਹਾਂ ਕਸਰਤ ਕਰਨਾ ਆਮ ਗੱਲ ਨਹੀਂ ਹੈ। ਲੋਕਾਂ ਨੂੰ ਇਹ ਬਹੁਤ ਹੈਰਾਨੀਜਨਕ ਲੱਗਦਾ ਹੈ। ਦੁਨੀਆ ਭਰ ਤੋਂ ਲੋਕਾਂ ਨੇ ਮੇਰੇ ਇੰਸਟਾਗ੍ਰਾਮ 'ਤੇ ਮਾੜੀਆਂ ਗੱਲਾਂ ਲਿਖੀਆਂ। ਮੈਨੂੰ ਕਿਹਾ ਗਿਆ ਕਿ ਇੱਕ ਔਰਤ ਦੀ ਥਾਂ ਰਸੋਈ ਵਿੱਚ ਹੁੰਦੀ ਹੈ। ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ। ਇਹ ਸੁਣ ਕੇ ਮੈਨੂੰ ਗੁੱਸਾ ਆਇਆ। ਮੇਰੇ ਅੰਦਰ ਇੱਕ ਅੱਗ ਜਿਹੀ ਲੱਗ ਗਈ। ਮੈਂ ਉਹਨਾਂ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਔਰਤਾਂ ਆਦਮੀਆਂ ਵਾਂਗ ਸਭ ਕੁਝ ਕਰ ਸਕਦੀਆਂ ਨੇ। ਮੈਨੂੰ ਕਸਰਤ ਕਰਨ ਵੇਲੇ ਸੰਗੀਤ ਸੁਣ ਕੇ ਚੰਗਾ ਮਹਿਸੂਸ ਹੁੰਦਾ ਹੈ। ਉਸਨੂੰ ਗੁਰਬਾਣੀ ਦੇ ਸ਼ਬਦ ਕਹਿੰਦੇ ਨੇ। ਇਹ ਸਿੱਖਾਂ ਦੇ ਧਾਰਮਿਕ ਭਜਨ ਹਨ। ਜਦੋਂ ਮੈਨੂੰ ਕਦੇ ਕਸਰਤ ਕਰਨ ਵਿੱਚ ਮੁਸ਼ਕਲ ਹੁੰਦੀ ਹੈ ਤਾਂ ਬਸ ਥੋੜ੍ਹੀ ਜਿਹੀ ਹਿੰਮਤ ਕਰਕੇ ਮੈਂ ਉਸਨੂੰ ਪੂਰਾ ਕਰ ਲੈਂਦੀ ਹਾਂ। ਇਸ ਨਾਲ ਮੈਂ ਯਾਦ ਰੱਖਦੀ ਹਾਂ ਕਿ ਮੈਂ ਕੌਣ ਹਾਂ। ਮੇਰਾ ਇਹੋ ਕੰਮ ਮੈਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦਾ ਹੈ। ਸਿੱਖ ਹੋਣ ਦੇ ਨਾਤੇ ਵੀ ਬਾਕੀ ਭੀੜ ਨਾਲੋਂ ਵੱਖਰੇ ਹੋਣਾ ਸਾਡਾ ਫਰਜ਼ ਹੈ। ਇਸ ਕਰਕੇ ਅਸੀਂ ਪੱਗ ਬੰਨ੍ਹਦੇ ਹਾਂ ਤਾਂ ਕਿ ਜੇ ਕਦੇ ਕਿਸੇ ਨੂੰ ਲੋੜ ਹੋਵੇ ਤਾਂ ਸਾਨੂੰ ਆਸਾਨੀ ਨਾਲ ਲੱਭ ਸਕੇ। ਸਿੱਖ ਔਰਤਾਂ ਵੀ ਪੱਗ ਬਣ ਸਕਦੀਆਂ ਨੇ। ਮੈਂ ਆਉਣ ਵਾਲੇ ਸਾਲਾਂ ਵਿੱਚ ਸਿੱਖ ਔਰਤਾਂ ਦਾ ਮੋਟਰ ਬਾਈਕ ਗਰੁੱਪ ਖੋਲ੍ਹਣ ਦੀ ਚਾਹਵਾਨ ਹਾਂ। ਯੂਕੇ ਵਿੱਚ ਮੈਂ ਅਜੇ ਤੱਕ ਕੋਈ ਸਿੱਖ ਔਰਤ ਮੋਟਰ ਬਾਈਕ ਚਲਾਉਂਦੀ ਨਹੀਂ ਦੇਖੀ। ਮੈਨੂੰ ਲੱਗਦਾ ਹੈ ਕਿ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ। ਦੁਨੀਆ ਨੂੰ ਸਿੱਖਾਂ ਬਾਰੇ ਪਤਾ ਲੱਗਣਾ ਚਾਹੀਦਾ ਹੈ। ਅਸੀਂ ਵੀ ਤਾਕੜ ਹੋ ਸਕਦੇ ਹਾਂ ਅਤੇ ਮੋਟਰ ਬਾਈਕ ਵੀ ਚਲਾ ਸਕਦੇ ਹਾਂ।